सब्सक्राइब करो NC7 न्यूज नो ते लेटेस्ट अपडेट पाने लिए प्रेस करो बेल आइकन। एक पासे जिथे पंजाब दी किसानी केंद्र सरकार दा विरोध कर रही है उथे पंजाब च नगर निगम अते नगर कौंसल चोणां दा ऐलान हो चुका है। चोणां दीआं तैयारियां शुरू हो चुकियां ने, उम्मीदवारां दा ऐलान होना शुरू हो गया है। उथे लुधियाणा तों MLA अते लोक इंसाफ पार्टी दे प्रधान सिमरनजीत सिंह बैंस दा पंजाब चोणां नूं लै के पंजाब दी सरकार प्रति गुस्सा जग जाहिर होण लगा है। सिमरजीत बैंस पंजाब च होण जा रहियां चोणां नूं लै के चोण प्रक्रिया रद्द कराउण लई पंजाब चोण कमिशन दे दफ्तर पहुंचे ते पंजाब दी किसानी लई उन्हां चिर चोणां ना कराउण दी अपील कीती जिन्हां चिर किसानी संघर्ष दा कोई हल नहीं निकल आउंदा। होर वी की कहा सिमरजीत बैंस ने ओह वी सुणो। ओह पंजाबी दी कहावत है वी पिंड उजड़दा जांदा ते गंजी नूं नहाउण दी पई है। ओह कम हो गया, सिर धड़ दी बाजी लगी हुई है। लखां दी गिणती जे पंजाब दे लोग दिल्ली दे बार्डर घेरी बैठे आ, इह कहिंदे वोटां पवा लो। हुण लोकल पार्टी वोट तुहानूं पता ही आ, इह गुंडागर्दी दा नंगा नाच हुंदा। जिहदी डांग उहदी मज्ज, जिहदी सरकार आ उह अपना सारा दारोमदार फिट करदा। इह सच्चाई आ, ठीक आ तुसीं सरकार सत्ता दे विच हो, पर तुसीं तां चंद दिन पहलां किसान अंदोलन दी हिमायत करदे हो। MP ਸਿਵਾਨ ਕਾਂਗਰਸ ਪਾਰਟੀ ਦੇ ਪੰਜਾਬ ਤੋਂ ਚੁਣ ਕੇ ਗਏ ਹੋਏ ਜੰਤਰ ਮੰਤਰ ਦੇ ਧਰਨਾ ਲਾਈ ਬੈਠੇ ਆ। ਮੇਰੀ ਅੱਜ ਮੁੱਖ ਮੰਤਰੀ ਸਾਹਿਬ ਦੇ ਨਾਲ MP ਸਿਵਾਨਾਂ ਨੂੰ ਵੀ ਬੇਨਤੀ ਆ ਵੀ ਤੁਸੀਂ ਵੀ ਕੋਈ ਥੋੜ੍ਹਾ ਬਹੁਤਾ ਇੰਟਰਫੇਰੈਂਸ ਕਰੋ ਗਵਰਨਮੈਂਟ ਨਾਲ। ਇਹ ਚੋਣਾਂ ਅੰਦੋਲਨ ਸਫਲ ਸਮਾਪਤੀ ਤੋਂ ਬਾਅਦ ਫਿਰ ਕਰਾਇਓ। ਕੋਈ ਨਹੀਂ, ਇਹ ਵੋਟਾਂ ਪੈਂਦੀਆਂ ਆਈਆਂ, ਪੈਂਦੀਆਂ ਰਹਿਣੀਆਂ। ਪਹਿਲਾਂ ਜਿਹੜਾ ਕੰਮ ਵਿੱਢਿਆ, ਜਿਹਨੂੰ ਪੂਰੀ ਦੁਨੀਆ ਦਾ ਨਿਆਂ ਪਸੰਦ ਬੰਦਾ ਮਹਿਤ ਦੇ ਰਿਹਾ ਜਿਹੜੇ ਅੰਦੋਲਨ ਨੂੰ, ਪਹਿਲਾਂ ਉਹਨੂੰ ਸਫਲ ਹੋਣਾ। ਪਹਿਲਾਂ ਕੈਪਟਨ ਸਾਹਿਬ ਨੂੰ ਮੰਗ ਪੱਤਰ DC ਦੇ ਜ਼ਰੀਏ ਭੇਜੇ, ਨਹੀਂ ਸੁਣੀ ਉਹਨਾਂ ਨੇ ਗੱਲ। ਅਸੀਂ ਅੱਜ ਸਟੇਟ ਇਲੈਕਸ਼ਨ ਕਮਿਸ਼ਨ ਕੋਲ ਆਏ ਹਾਂ ਵੀ ਜੇ ਤਾਂ ਉੱਥੋਂ ਲੱਖਾਂ ਦੀ ਗਿਣਤੀ 'ਚ ਗਏ ਹੋਏ ਲੋਕ ਜਿਹਦੇ ਵਿੱਚ ਮੈਜੋਰਿਟੀ ਵੋਟਰ ਵੀ ਆ, ਜੇ ਉਹ ਉੱਥੋਂ ਉੱਠ ਕੇ ਚੋਣ ਪ੍ਰਕਿਰਿਆ ਦੇ ਵਿੱਚ ਹਿੱਸੇਦਾਰੀ ਲਈ ਆਉਣਗੇ ਤਾਂ ਅੰਦੋਲਨ ਕਮਜ਼ੋਰ ਹੋਊਗਾ। ਅੱਜ ਜੇ ਮੋਦੀ ਦੀ ਕੁਰਸੀ ਹਿਲਦੀ ਆ ਤਾਂ ਉਹ ਲੋਕਾਂ ਦੀ ਤਾਕਤ ਜਮਾਵੜੇ ਕਰਕੇ ਆ। ਜੇ ਲੋਕ ਉੱਥੋਂ ਆ ਗਏ ਤਾਂ ਸਮਝ ਲਓ ਅੰਦੋਲਨ ਦੀ ਕਮਜ਼ੋਰੀ ਆ। ਅਤੇ ਤੁਸੀਂ ਪ੍ਰੋਗਰਾਮ ਅਨਾਊਂਸ ਕਰ ਦਿੱਤਾ 30 ਤਰੀਕ ਤੋਂ, ਜੇ ਨਹੀਂ ਆਉਂਦੇ ਫਿਰ ਡੈਮੋਕ੍ਰੇਸੀ ਦੀ ਰੂਟ ਜੜ੍ਹ ਲੋਕਤੰਤਰ ਦੇ ਅੰਦਰ ਲੋਕਲ ਬਾਡੀ ਦੀ ਵੋਟ ਗਿਣੀ ਜਾਂਦੀ ਹੈ। ਇਹ ਜੜ੍ਹ ਹੈਗੀ ਹੈ, ਫਿਰ ਤੁਹਾਡੀ ਜੜ੍ਹ ਕਮਜ਼ੋਰ ਹੋਊਗੀ। ਇਹ ਇਲੈਕਸ਼ਨ ਕਮਿਸ਼ਨਰ ਸਾਹਿਬ ਨੂੰ ਦੱਸਣ ਲਈ ਵੀ ਭਾਈ ਹੱਥ ਠੋਕਾ ਨਾ ਬਣੋ, ਤੁਸੀਂ IAS ਹੋ, ਤੁਸੀਂ ਦੇਸ਼ ਦੀ ਸੇਵਾ ਕਰਨ ਲਈ ਵੱਡੀ ਪਦਵੀ 'ਤੇ ਹੋ, ਕਿਰਪਾ ਕਰਕੇ ਇਸ ਇਲੈਕਸ਼ਨ ਪ੍ਰੋਸੈਸ ਨੂੰ ਪੈਂਡਿੰਗ ਕਰ ਦਿਓ। ਮੁਲਤਵੀ 10-20 ਦਿਨ, ਜਿੰਨੇ ਦਿਨ ਤੱਕ ਅੰਦੋਲਨ ਸਮਾਪਤ ਨਹੀਂ। ਠੀਕ ਹੈ, ਜਾਣਾ ਹੁਣ ਚੱਲੇ ਅਸੀਂ। ਕੇਂਦਰ ਸਰਕਾਰ ਵੱਲੋਂ ਕਾਲੇ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਤੋਂ ਇਨਕਾਰ ਕਰਨ ਨੂੰ ਅਣਮਨੁੱਖੀ ਕਰਾਰ ਦਿੰਦੇ ਹੋਏ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਸਾਨਾਂ ਲਈ ਵੱਡੀ ਮਦਦ ਦਾ ਐਲਾਨ ਕੀਤਾ ਹੈ। ਕੈਪਟਨ ਨੇ ਸ਼ੁੱਕਰਵਾਰ ਨੂੰ ਸੂਬੇ ਦੇ ਹਰ ਉਸ ਕਿਸਾਨ ਦੇ ਪਰਿਵਾਰ ਮੈਂਬਰ ਲਈ ਨੌਕਰੀ ਦਾ ਐਲਾਨ ਕੀਤਾ ਹੈ ਜੋ ਇਹਨਾਂ ਕਾਲੇ ਕਾਨੂੰਨਾਂ ਖਿਲਾਫ ਸੰਘਰਸ਼ ਦੌਰਾਨ ਆਪਣੀ ਜਾਨ ਗੁਆ ਚੁੱਕਾ ਹੈ। ਮੁੱਖ ਮੰਤਰੀ ਨੇ ਲਾਈਵ ਸੈਸ਼ਨ 'ਚ ਸਵਾਲ ਕਰਦੇ ਹੋਏ ਕਿਹਾ ਕਿ ਕੇਂਦਰ ਸਰਕਾਰ ਇਹਨਾਂ ਕਾਨੂੰਨਾਂ ਨੂੰ ਰੱਦ ਕਰਨ ਤੋਂ ਕਿਉਂ ਭੱਜ ਰਹੀ ਹੈ। ਮੁੱਖ ਮੰਤਰੀ ਨੇ ਕਿਹਾ ਕਿ ਕੇਂਦਰ ਸਰਕਾਰ ਨੂੰ ਇਹ ਕਾਨੂੰਨ ਰੱਦ ਕਰਕੇ ਕਿਸਾਨਾਂ ਨਾਲ ਬੈਠ ਕੇ ਗੱਲਬਾਤ ਕਰਨੀ ਚਾਹੀਦੀ ਹੈ ਅਤੇ ਸਾਰੇ ਸੰਬੰਧਿਤ ਪੱਖਾਂ ਨਾਲ ਸਲਾਹ ਮਸ਼ਵਰੇ ਤੋਂ ਬਾਅਦ ਨਵੇਂ ਕਾਨੂੰਨ ਬਣਾਉਣੇ ਚਾਹੀਦੇ ਨੇ। ਕੇਂਦਰ ਸਰਕਾਰ ਵੱਲੋਂ ਸਿਰਫ ਆਪਣੇ ਬਹੁਮਤ ਦੇ ਜ਼ੋਰ ਤੇ ਬਿਨਾਂ ਕਿਸੇ ਚਰਚਾ ਦੇ ਸੰਸਦ 'ਚ ਇਹ ਕਾਨੂੰਨ ਪਾਸ ਕਰਾਉਣ ਤੇ ਤਿੱਖਾ ਹਮਲਾ ਕਰਦੇ ਹੋਏ ਕੈਪਟਨ ਨੇ ਕਿਹਾ ਕਿ ਇਸ ਦੀ ਕੀਮਤ ਸਾਰਾ ਦੇਸ਼ ਚੁਕਾ ਰਿਹਾ ਹੈ। ਉਹਨਾਂ ਕਿਹਾ ਕਿ ਖੇਤੀ ਅਨੁਸੂਚੀ 7 ਅਨੁਸਾਰ ਇਹ ਸੂਬਿਆਂ ਦਾ ਵਿਸ਼ਾ ਹੈ, ਇਸ ਲਈ ਕੇਂਦਰ ਵੱਲੋਂ ਰਾਜਸੀ ਮਾਮਲੇ 'ਚ ਦਖਲ ਕਿਉਂ ਦਿੱਤਾ ਗਿਆ ਹੈ। ਜਿਵੇਂ ਜਿਵੇਂ ਸਰਦੀ ਦਾ ਪ੍ਰਕੋਪ ਵੱਧਦਾ ਜਾ ਰਿਹਾ ਹੈ ਉਵੇਂ ਹੀ ਅਧਿਕਾਰੀਆਂ ਦੀ ਆਪਣੇ ਕਰਮਚਾਰੀਆਂ ਪ੍ਰਤੀ ਹਮਦਰਦੀ ਵੱਧਦੀ ਜਾ ਰਹੀ ਹੈ। ਅਜਿਹਾ ਹੀ ਵੇਖਣ ਨੂੰ ਮਿਲਿਆ ਬਠਿੰਡਾ ਜ਼ਿਲ੍ਹੇ ਦੇ ਛੋਟੇ ਜਿਹੇ ਸ਼ਹਿਰ ਕੋਟਪੱਤਾ ਦੇ ਵਿੱਚ, ਜਿੱਥੇ ਦਰਿਆ ਦਿਲ ਅਧਿਕਾਰੀ ਭਰਤਵੀਰ ਸਿੰਘ ਦੁੱਗਲ ਕਾਰਜਸਾਧਕ ਅਫਸਰ ਵੱਲੋਂ ਨਗਰ ਕੌਂਸਲ ਕੋਟਪੱਤਾ 'ਚ ਕੰਮ ਕਰਨ ਵਾਲੇ ਦਰਜਾ 4 ਕਰਮਚਾਰੀਆਂ ਨੂੰ ਸਰਦੀ ਦੀਆਂ ਵਰਦੀਆਂ, ਬੂਟ, ਜਰਾਬਾਂ ਅਤੇ ਹੋਰ ਲੋੜੀਂਦਾ ਸਮਾਨ ਵੰਡ ਕੇ ਦਰਿਆ ਦਿਲੀ ਦਾ ਸਬੂਤ ਦਿੱਤਾ ਗਿਆ।
ਜਲੰਧਰ ਦੇ ਲੈਦਰ ਕੰਪਲੈਕਸ ਖੇਤਰ ਚ ਸਥਿਤ ਲਿਓ ਵੇਟ ਬਲੂ ਲੈਦਰ ਪ੍ਰਾਈਵੇਟ ਲਿਮਿਟਡ ਨਾਂ ਦੀ ਫੈਕਟਰੀ ਚ ਅੱਗ ਲੱਗਣ ਨਾਲ ਲੱਖਾਂ ਦਾ ਸਮਾਨ ਸੜ ਕੇ ਸਵਾਹ ਹੋ ਗਿਆ। ਫਾਇਰ ਅਫਸਰ ਰਜਿੰਦਰ ਸਹੋਤਾ ਅਨੁਸਾਰ ਉਹਨਾਂ ਨੂੰ ਰਾਤ ਕਰੀਬ 8 ਵਜੇ ਫੈਕਟਰੀ ਚ ਅੱਗ ਲੱਗਣ ਦੀ ਸੂਚਨਾ ਮਿਲੀ ਸੀ, ਜਿਸ ਤੋਂ ਬਾਅਦ ਉਹ ਆਪਣੀ ਟੀਮ ਸਮੇਤ ਮੌਕੇ ਤੇ ਪਹੁੰਚੇ ਅਤੇ ਅੱਗ ਬੁਝਾਉਣੀ ਸ਼ੁਰੂ ਕੀਤੀ ਗਈ। ਅੱਗ ਬੁਝਾਉਣ ਲਈ 15 ਦੇ ਕਰੀਬ ਗੱਡੀਆਂ ਫਾਇਰ ਬ੍ਰਿਗੇਡ ਦੀਆਂ ਲੱਗੀਆਂ। ਰਾਤ ਕਰੀਬ 12 ਵਜੇ ਅੱਗ ਤੇ ਕਾਬੂ ਪਾਇਆ ਗਿਆ। ਅੱਗ ਕਿਹੜੇ ਕਾਰਨਾਂ ਕਰਕੇ ਲੱਗੀ ਇਸ ਦਾ ਵੀ ਅਜੇ ਕੁਝ ਪਤਾ ਨਹੀਂ ਲੱਗ ਸਕਿਆ ਹੈ, ਪਰ ਅੱਗ ਨੇ ਭਿਆਨਕ ਰੂਪ ਲੈ ਲਿਆ ਸੀ, ਜਿਸ ਕਾਰਨ ਲੱਖਾਂ ਦਾ ਨੁਕਸਾਨ ਹੋਣ ਦਾ ਅੰਦਾਜ਼ਾ ਲਗਾਇਆ ਜਾ ਰਿਹਾ ਹੈ। ਬੀਤੇ ਦਿਨੀ ਬਠਿੰਡਾ ਜ਼ਿਲ੍ਹੇ ਦੀਆਂ 4 ਨਗਰ ਪੰਚਾਇਤਾਂ ਭੰਗ ਹੋਣ ਦੇ ਆਦੇਸ਼ਾਂ ਨੇ ਕਰਮਚਾਰੀਆਂ ਤੇ ਰੋਜ਼ੀ ਰੋਟੀ ਦਾ ਖਤਰਾ ਮੰਡਰਾਉਣ ਲੱਗਾ। ਰੋਜ਼ੀ ਰੋਟੀ ਤੋਂ ਮਹਤਾਜ ਹੋਣ ਕਿਨਾਰੇ ਖੜੇ ਕਰਮਚਾਰੀਆਂ ਲਈ ਫਰਿਸ਼ਤਾ ਬਣ ਕੇ ਆਏ ਨਗਰ ਕੌਂਸਲ ਮਾਨਸਾ ਦੇ ਕਾਰਜ ਸਾਧਕ ਅਫਸਰ ਰਵੀ ਜਿੰਦਲ ਨੇ ਅਨੋਖੀ ਮਿਸਾਲ ਪੇਸ਼ ਕੀਤੀ। ਉਹਨਾਂ ਵੱਖ ਵੱਖ ਨਗਰ ਪੰਚਾਇਤਾਂ ਵਿਚ ਲੰਮੇ ਸਮੇਂ ਤੋਂ ਕੰਮ ਕਰ ਰਹੇ ਕਰਮਚਾਰੀਆਂ ਨੂੰ ਵੱਖ ਵੱਖ ਨਗਰ ਕੌਂਸਲਾਂ ਵਿਚ ਐਡਜਸਟ ਕਰਕੇ ਖੁੱਲ੍ਹ ਦਿਲੀ ਤੇ ਇਮਾਨਦਾਰੀ ਦੀ ਮਿਸਾਲ ਪੇਸ਼ ਕੀਤੀ ਹੈ। ਇੱਥੇ ਸਭ ਤੋਂ ਪਹਿਲਾਂ ਤਾਂ ਇਹ ਮੈਂ ਦੱਸਣਾ ਚਾਹੁੰਦਾ ਵੀ ਜੋ ਵੀ ਸਰਕਾਰ ਕੋਈ ਡਿਸੀਜਨ ਕਰਦੀ ਆ ਅਸੀਂ ਉਹਦੇ ਨਾਲ ਖੜੇ ਹੁੰਦੇ ਹਾਂ ਅਤੇ ਸਰਕਾਰ ਦੇ ਮੁਤਾਬਕ ਹੀ ਸਾਨੂੰ ਚੱਲਣਾ ਪੈਂਦਾ ਹੈ। ਅਤੇ ਸਰਕਾਰ ਨੇ ਇਹ ਦੇਖਣਾ ਚਾਹਿਆ ਵੀ ਚਾਰ ਇਹ ਜਿਹੜੀਆਂ ਕਮੇਟੀਆਂ ਨੇ ਇਹ ਲੋਸ ਚੱਲ ਰਹੀਆਂ ਤਾਂ ਉਹਨਾਂ ਨੂੰ ਉਹਨਾਂ ਨੇ ਡੀਨੋਟੀਫਾਈਡ ਕਰਨ ਦੀ ਪ੍ਰਕਿਰਿਆ ਆਰੰਭ ਕਰਤੀ, ਜਿਸ ਦੇ ਤਹਿਤ ਪਿਛਲੀ 31 ਤਰੀਕ ਨੂੰ 31/12/2020 ਨੂੰ ਉਹਨਾਂ ਨੇ ਇਸ ਦੇ ਨੋਟੀਫਿਕੇਸ਼ਨ ਜਾਰੀ ਕਰਤੇ। ਇਹ ਚਾਰੇ ਕਮੇਟੀਆਂ ਹੁਣ ਡੀਨੋਟੀਫਾਈਡ ਹੋ ਕੇ ਨਗਰ ਪੰਚਾਇਤ ਦੀ ਜਗ੍ਹਾ 'ਤੇ ਗ੍ਰਾਮ ਪੰਚਾਇਤ ਵਿੱਚ ਤਬਦੀਲ ਹੋ ਚੁੱਕੀਆਂ ਨੇ। ਇੱਥੇ ਸਭ ਤੋਂ ਵੱਡੀ ਗੱਲ ਇਹ ਮੈਂ ਦੱਸਣਾ ਚਾਹੁੰਦਾ, ਸਰਕਾਰ ਲੈਵਲ 'ਤੇ ਸਾਡੇ ਵੱਲੋਂ ਇਹ ਲਿਖ ਕੇ ਭੇਜਿਆ ਗਿਆ ਵੀ ਜੋ ਸੰਬੰਧਿਤ ਮੁਲਾਜ਼ਮ ਨੇ ਤਾਂ ਉਹਨਾਂ ਦੇ ਪਰਿਵਾਰ ਇਸ ਤਰ੍ਹਾਂ ਤਾਂ ਭੁੱਖੇ ਮਰ ਜਾਣਗੇ ਜੇਕਰ ਉਹਨਾਂ ਦੀ ਅਚਾਨਕ ਇਸ ਤਰ੍ਹਾਂ ਨੌਕਰੀਆਂ ਚਲੀਆਂ ਗਈਆਂ। ਤਾਂ ਸਰਕਾਰ ਵੱਲੋਂ ਨੋਟੀਫਿਕੇਸ਼ਨ ਦੇ ਵਿੱਚ ਬਕਾਇਦਾ ਇੱਕ ਲੈਟਰ ਜਾਰੀ ਕੀਤਾ ਗਿਆ, ਉਹ ਡਿਪਟੀ ਡਾਇਰੈਕਟਰ ਸਾਹਿਬ ਨੂੰ ਭੇਜਿਆ ਗਿਆ ਵੀ ਜੋ ਵੀ ਉੱਥੇ ਮੁਲਾਜ਼ਮ ਨੇ ਉਹਨਾਂ ਨੂੰ ਪਹਿਲ ਦੇ ਆਧਾਰ 'ਤੇ ਨੇੜੇ ਲੱਗਦੀਆਂ ਸੰਬੰਧਿਤ ਨਗਰ ਕੌਂਸਲਾਂ ਵਿੱਚ ਉਹਨਾਂ ਨੂੰ ਪੱਕੇ ਤੌਰ 'ਤੇ ਅਡਜਸਟ ਕੀਤਾ ਜਾਵੇ, ਜਿਹੜੇ ਕਿ ਪੱਕੇ ਮੁਲਾਜ਼ਮ ਨੇ, ਤਾਂ ਕਿ ਉਹਨਾਂ ਦੇ ਪਰਿਵਾਰ 'ਤੇ ਰੋਜ਼ੀ ਰੋਟੀ 'ਤੇ ਕੋਈ ਅਸਰ ਨਾ ਪੈ ਸਕੇ। ਇਸ ਮੱਦੇਨਜ਼ਰ ਰੱਖਦੇ ਹੋਏ ਜਸਵੀਰ ਸਿੰਘ ਕਲਰਕ, ਜੋ ਕਿ ਚਾਰੇ ਨਗਰ ਪੰਚਾਇਤਾਂ 'ਚ ਕੰਮ ਕਰ ਰਿਹਾ ਸੀ, ਬਾਲਿਆਂ ਲਈ ਪੱਕੇ ਤੌਰ 'ਤੇ ਸੀ, ਇਹਤੋਂ ਇਲਾਵਾ ਵੀਰ ਦਵਿੰਦਰ ਕਲਰਕ ਜੋ ਕਿ ਨਗਰ ਪੰਚਾਇਤ ਰਾਮਪੁਰਾ ਵਿਖੇ ਪੱਕੇ ਤੌਰ 'ਤੇ ਕੰਮ ਕਰ ਰਿਹਾ ਸੀ, ਮੇਜਰ ਸਿੰਘ ਜੋ ਕਿ ਨਗਰ ਪੰਚਾਇਤ ਚੌਕੀ ਵਿਖੇ ਕੰਮ ਕਰ ਰਿਹਾ ਸੀ, ਇਹ ਸਾਰੇ ਮੁਲਾਜ਼ਮਾਂ ਵੱਲੋਂ ਮੁਲਾਜ਼ਮਾਂ ਨੂੰ ਸਰਕਾਰ ਦੇ ਹੁਕਮਾਂ ਅਤੇ ਨਿਰਦੇਸ਼ਾਂ ਅਨੁਸਾਰ ਅਸੀਂ ਮਤਾ ਪਵਾ ਕੇ ਮਾਨਯੋਗ ਪ੍ਰਸ਼ਾਸਕੀਆਂ ਵੱਲੋਂ ਇਹਨਾਂ ਨੂੰ, ਜਿਨ੍ਹਾਂ ਵਿੱਚੋਂ ਵੀਰ ਦਵਿੰਦਰ, ਮੇਜਰ ਅਤੇ ਜਸਵੀਰ ਨੂੰ ਨਗਰ ਕੌਂਸਲ ਮੌੜ ਵਿਖੇ ਪੱਕੇ ਤੌਰ 'ਤੇ ਐਡਜਸਟ ਕਰ ਦਿੱਤਾ ਗਿਆ। ਇਸ ਤੋਂ ਇਲਾਵਾ ਮੁੰਡਾ ਜੋ ਨਗਰ ਪੰਚਾਇਤ ਮੰਡੀ ਕਲਾਂ ਵਿਖੇ ਸੰਨੀ ਕੰਮ ਕਰ ਰਿਹਾ ਸੀ, ਉਹਨਾਂ ਨੂੰ ਮਹਿਰਾਜ ਵਿਖੇ ਖਾਲੀ ਕਈ ਪੋਸਟ ਦੇ ਅੰਗੇਜ ਐਡਜਸਟ ਕਰ ਦਿੱਤਾ ਗਿਆ। ਅਤੇ ਜੋ ਵੀ ਸੰਬੰਧਿਤ ਆਊਟਸੋਰਸ ਦੇ ਬੰਦੇ ਰੱਖੇ ਗਏ ਸੀ ਉਸ ਦਾ ਵੀ ਸਰਕਾਰ ਵੱਲੋਂ ਬਕਾਇਦਾ ਲੈਟਰ ਜਾਰੀ ਕਰ ਦਿੱਤਾ ਗਿਆ ਬਈ ਮਤਲਬ ਕਿ ਇਹਨਾਂ ਨੂੰ ਮਨਰੇਗਾ ਸਕੀਮ 'ਚ ਜਾਂ ਜੇ ਕੋਈ ਲੋੜ ਹੈ ਨਜ਼ਦੀਕ ਦੇ ਨਗਰ ਕੌਂਸਲਾਂ ਵਿੱਚ ਵੀ ਇਹਨਾਂ ਨੂੰ ਕੰਮ ਦੇ ਦਿੱਤਾ ਜਾਵੇ, ਤਾਂ ਕਿ ਕੋਈ ਵੀ ਬੰਦਾ ਰੋਟੀ ਵੱਲੋਂ ਭੁੱਖਾ ਨਾ ਮਰੇ। ਇਸ ਨੂੰ ਮੱਦੇਨਜ਼ਰ ਰੱਖਦੇ ਹੋਏ ਕੁਛ ਸਫਾਈ ਸੇਵਕ ਅਤੇ ਹੋਰ ਬੰਦਿਆਂ ਨੂੰ, ਕੰਪਿਊਟਰ ਆਪਰੇਟਰਾਂ ਨੂੰ ਨਜ਼ਦੀਕ ਦੇ ਨਗਰ ਕੌਂਸਲਾਂ ਵਿੱਚ ਐਡਜਸਟ ਵੀ ਕਰ ਦਿੱਤਾ ਗਿਆ। ਇੱਥੇ ਸਭ ਤੋਂ ਵੱਡੀ ਦੱਸਣ ਵਾਲੀ ਇਹ ਗੱਲ ਹੋਊਗੀ, ਜਿਵੇਂ ਕਿ ਕੋਈ ਅਦਾਰਾ ਬੰਦ ਹੋ ਜਾਂਦਾ ਅਤੇ ਮੁਲਾਜ਼ਮ ਘਰ ਚਲੇ ਜਾਂਦੇ ਨੇ, ਉਹਨਾਂ ਦੇ ਰੋਜ਼ੀ ਰੋਟੀ ਦਾ ਸਵਾਲ ਆ ਜਾਂਦਾ ਹੈ, ਪਰ ਸਰਕਾਰ ਨੇ ਸਭ ਤੋਂ ਪਹਿਲਾਂ ਸਾਡੀ ਮੰਗ ਨੂੰ ਧਿਆਨ ਵਿੱਚ ਰੱਖਦੇ ਹੋਏ ਅਸੀਂ ਇਸ ਦੇ ਸੰਬੰਧ 'ਚ ਭੇਜਿਆ ਵੀ ਲਿਖ ਕੇ ਮੁਲਾਜ਼ਮਾਂ ਦਾ ਕੀ ਕੀਤਾ ਜਾਵੇ, ਤਾਂ ਉਹਨਾਂ ਵੱਲੋਂ ਪੋਜ਼ੀਟਿਵ ਰਿਸਪੋਂਸ ਦਿੰਦੇ ਹੋਏ ਸਾਡੇ ਲੋਕਲ ਗਵਰਨਮੈਂਟ ਸੈਕਟਰੀ ਸਾਹਿਬ, ਡਾਇਰੈਕਟਰ ਸਾਹਿਬ ਵੱਲੋਂ, ਮੰਤਰੀ ਸਾਹਿਬ ਵੱਲੋਂ, ਤਾਂ ਕਿ ਵੀ ਤੁਰੰਤ ਇਹਨਾਂ ਨੂੰ ਐਡਜਸਟ ਕੀਤਾ ਜਾਵੇ, ਤਾਂ ਕਿ ਕੋਈ ਵੀ ਬੰਦਾ ਰੋਟੀ ਨਾ ਖੋਈ ਜਾਏ। ਪਰ ਲੇਕਿਨ ਉਹ ਗ੍ਰਾਮ ਪੰਚਾਇਤ ਬਣਨ ਨਾਲ ਉੱਥੇ ਵੀ ਹੁਣ ਮਨਰੇਗਾ ਸਕੀਮ ਸ਼ੁਰੂ ਹੋ ਚੁੱਕੀ ਹੈ, ਜਿੱਥੇ ਕਿ ਬਹੁਤ ਜ਼ਿਆਦਾ ਲੋਕਾਂ ਨੂੰ ਮਤਲਬ ਕਿ ਰੁਜ਼ਗਾਰ ਮਿਲੇਗਾ। ਉੱਥੋਂ ਦੇ ਮਤਲਬ ਕਿ ਜੋ ਸਫਾਈ ਨੇ ਜਾਂ ਲੋਕ ਨੇ, ਫਿਰ ਵੀ ਉੱਥੇ ਸੈਕਟਰੀ ਆ ਗਿਆ, BDO ਆ ਗਏ, ਇਹ ਵੀ ਆਪਦੇ ਲੈਵਲ 'ਤੇ ਵਿਕਾਸ ਦੇ ਕੰਮ ਕਰਾਉਣਗੇ। ਅਸੀਂ ਪਰ ਇਹ ਦੱਸਣਾ ਚਾਹੁੰਦੇ ਲੋਕਲ ਗੌਰਮੈਂਟ ਵੱਲੋਂ ਜਿੰਨਾ ਚਿਰ ਕੰਮ ਚਲਾਇਆ ਗਿਆ, ਸ਼ਹਿਰ ਦੀ ਡਿਵੈਲਪਮੈਂਟ ਵੀ ਕੀਤੀ ਗਈ, ਸਫਾਈ ਵੀ ਕਰਵਾਈ ਗਈ, ਇਹਤੋਂ ਇਲਾਵਾ ਵਧੀਆ ਪ੍ਰੋਜੈਕਟ ਵੀ ਤਿਆਰ ਕੀਤੇ ਗਏ, ਜੋ ਕਿ ਟੋਭੇ ਸੀ, ਨਾਲੇ ਸੀ, ਉਹਨਾਂ ਨੂੰ ਚੰਗੀ ਤਰ੍ਹਾਂ ਪੱਕੇ ਤੌਰ 'ਤੇ ਵੀ ਕੁਛ ਬੰਦਿਆਂ ਨੂੰ ਪੱਕੇ ਕਰ ਦਿੱਤੇ ਗਏ। ਸਾਰੇ ਮੁੱਦੇ ਨੂੰ ਧਿਆਨ 'ਚ ਰੱਖਦੇ ਹੋਏ ਅਸੀਂ ਇੰਨਾ ਹੀ ਕਹਿਣਾ ਚਾਹੁੰਦੇ ਹਾਂ ਵੀ ਜੋ ਵੀ ਸਾਡੀ ਗੌਰਮੈਂਟ ਨੇ ਡਿਸੀਜਨ ਲਿੱਤਾ, ਲੋਕਲ ਗੌਰਮੈਂਟ ਨੇ, ਉਹ ਬਹੁਤ ਵਧੀਆ ਅਤੇ ਸੁਖਾਵਾਂ ਸੀ। ਜੋ ਵੀ ਹੁਣ ਮੁਲਾਜ਼ਮ ਆਪਦੇ ਨੇ ਉਹ ਤਨਦੇਹੀ ਨਾਲ ਕੰਮ ਕਰਨ, ਤਾਂ ਉੱਥੇ ਵੀ ਜਿਵੇਂ ਉਹਨਾਂ ਨੇ ਕਮੇਟੀਆਂ ਇੱਥੇ ਚਲਾਈਆਂ ਉੱਥੇ ਵੀ ਵਧੀਆ ਢੰਗ ਨਾਲ ਚਲਾਉਣ। ਧੰਨਵਾਦ ਜੀ।
देश के उत्तरी हिस्से च हाले ही ठंड का कहर जारी है। मौसम विभाग अनुसार उत्तर भारत च आने वाले कुछ दिनों च मौसम दे मुड़ बदलन की उम्मीद है। दिल्ली च 25 जनवरी तो बाद एक बार फिर तापमान च गिरावट आने की संभावना है। उत्थे उत्तर प्रदेश, बिहार, झारखंड, पंजाब, हरियाणा च ठंड अते धुंद दा कहर बरकरार है। मौसम विभाग अनुसार पछमी गड़बड़ी होने कारण हवावां दा रुख बदल रहा है। दिल्ली नूं सीत लहर अते संघनी धुंद तों मामूली राहत मिलदी जरूर दिखाई दे रही है, पर सवेर दे समय कुछ थावां ते धुंद दी चादर देखण नूं मिल रही है। दिल्ली च सवेर दे समय घट्टो घट तापमान 9.8 डिग्री सैलसियस दर्ज किया गया है। धुंद कारण उत्तर भारत दीआं कई ट्रेनां तय समय तों देरी नाल चल रहीआं ने। नॉर्दर्न रेलवे अनुसार धुंद अते होर कारणां करके हुण तक 16 ट्रेनां अपने तय समय तों देर नाल चल रहीआं ने। For your child's bright future and to enhance your child's knowledge, take them to Bhartiya Model Senior Secondary School, CBSE affiliated. Admissions are open from nursery to 12th with medical, arts and commerce stream with affordable fee. Available facilities are fully air-conditioned classrooms, well-educated and cooperative staff, healthy environment for your child's better upbringing, faculty of kindergarten, physics, chemistry and mathematics lab, extracurricular activities like yoga classes, meditation sessions, athletic meet. Admission open, limited seats. Do hurry. For the further inquiry, contact on 01651220279 and 01651221279. Are you worried about your child's future? Then here is a golden chance to join Doon Senior Secondary Public School for bright future of your child. Best education is provided here with reasonable fee structure, finest environment, well-managed labs of physics, chemistry and biology, special quota classes for plus one and plus two students. Admission open from now for nursery to 9th and plus one in commerce, arts and medical stream. Join Doon Senior Secondary Public School, Karyatwala, District Bathinda. Contact on 94179-40107 and 99884728-57.